ਪਹਿਲਾਂ ਕਾਫੀ ਥੱਲੇ ਆਏ ਸੀ, ਹੁਣ ਉੱਪਰ ਚੱਲਦੇ ਹਾਂ ਅਤੇ ਦੇਖਦੇ ਹਾਂ ਫਿਰ ਕੀ ਹੈ ਇੱਥੇ। ਆ ਇੱਕ ਲਾਇਬ੍ਰੇਰੀ ਬਣੀ ਹੋਈ ਆ ਅਸਲ 'ਚ, ਇਹ ਸਾਰੀ ਆ ਬੁੱਕਾਂ ਪਈਆਂ ਨੇ ਵੱਡੀਆਂ ਵੱਡੀਆਂ, ਪਈਆਂ ਨਹੀਂ ਹੈਗੀਆਂ ਇਹ, ਨਕਲੀ ਵੀ ਬਣਾਈਆਂ ਹੋਈਆਂ ਨੇ। ਇੱਥੇ ਇੱਕ ਟ੍ਰੇਨ ਆਊਗੀ, ਆਹ ਜਿਹੜੀ ਖੜੀ ਆ, ਆਹ ਦੇਖੋ ਆਹ ਲਾਇਬ੍ਰੇਰੀ ਆ, ਅਤੇ ਲਾਇਬ੍ਰੇਰੀ ਦੇ ਉਹ ਸਾਹਮਣੇ ਜੇ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਆਹ ਇੱਕ ਟ੍ਰੇਨ ਜੀ ਆ, ਇਹਦੇ ਉੱਤੇ ਬਿਠਾ ਕੇ ਲੈ ਕੇ ਜਾਣਗੇ ਹੁਣ ਅੱਗੇ, ਅਤੇ ਦੇਖਦੇ ਹਾਂ ਉਹ ਜਿਹੜਾ ਗਾਈਡ ਖੜ੍ਹਿਆ ਉਹਨਾਂ ਦਾ ਉਹ ਦੱਸੂਗਾ ਇਸ ਤਰ੍ਹਾਂ, ਅਤੇ ਇਹ ਇਹਦੇ ਵਿੱਚ ਲੈ ਕੇ ਜਾਣਗੇ। ਹੁਣ ਦੇਖਦੇ ਹਾਂ ਇਹ ਕਿਸ ਤਰ੍ਹਾਂ ਦੀ ਹੋ, ਆਹਾ ਇਹਦੇ ਵਿੱਚ ਬਿਠਾ ਕੇ ਅਤੇ ਅੱਗੇ ਦੀ ਅੱਗੇ ਦਿਖਾਉਣਗੇ ਇਹ ਕੀ ਆ, ਅਤੇ ਬਹੁਤ ਸੋਹਣੀ ਖੂਬਸੂਰਤ ਬਣੀ ਹੋਈ ਆ। ਆਹ ਤੇ ਇੱਧਰ ਇਹ ਸਾਰੀ ਲਾਇਬ੍ਰੇਰੀ ਜਿਹੜੀ ਆ, ਤੁਸੀਂ ਇੱਧਰ ਹੁਣ ਮੈਂ ਤੁਹਾਨੂੰ ਦਿਖਾਉਣਾ, ਤੇ ਆਹ ਬੁੱਕਾਂ ਨੂੰ ਦੇਖੋ ਕਿੱਡੀਆਂ ਕਿੱਡੀਆਂ, ਇਹ ਸੱਚੀ ਮਿੱਚੀ ਨਹੀਂ ਹੈਗੀਆਂ, ਇਹ ਸਾਰੀਆਂ ਬਣਾਈਆਂ ਹੋਈਆਂ ਨੇ, ਇੱਕ ਜਾਨੀ ਲਾਇਬ੍ਰੇਰੀ ਦੀ ਸ਼ਕਲ ਦਿੱਤੀ ਹੋਈ ਆ ਇਹਨੂੰ, ਜਿਹੜੀ ਆ ਤੁਸੀਂ ਦੇਖਦੇ ਸੀ। ਅਤੇ ਆਪਾਂ ਅੱਗੇ ਚੱਲਦੇ ਹਾਂ, ਅੱਗੇ ਆਹ ਇੱਥੋਂ ਦੀ ਜਾਂਦੇ ਆ ਉਹਦੇ ਕੋਲ ਜਿਹੜੀ ਉਹ ਟ੍ਰੇਨ ਜੀ ਆ, ਉੱਥੇ ਇਹ ਲੈ ਕੇ ਜਾ, ਆਹ ਦੇ ਉੱਤੇ ਲੇਖਕ ਬੈਠਾ ਇੱਕ, ਇਹ ਲਿਖ ਰਿਹਾ ਇੱਥੇ। ਅਤੇ ਇੱਧਰ ਆਪਾਂ ਚੱਲਦੇ ਹਾਂ ਫਿਰ, ਇਹ ਸਾਰਿਆਂ ਨੂੰ ਬਿਠਾ ਕੇ ਇਹ ਆ ਟ੍ਰੇਨ ਜੀ ਦੇ ਵਿੱਚ ਅੱਗੇ ਨੂੰ ਚੱਲਦੀ ਹੈ, ਸਾਰਿਆਂ ਨੂੰ ਲੈ ਜਾਂਦੀ ਹੈ। ਅਤੇ ਟ੍ਰੇਨ ਆਪੀ ਇਹ ਘੁੰਮਦੇ ਨੇ, ਇਹਦੀਆਂ ਜਿਹੜੀਆਂ ਸੀਟਾਂ ਨੇ ਕਦੇ ਕਿੱਧਰ ਨੂੰ ਘੁੰਮ ਜਾਂਦੀ ਹੈ, ਕਦੇ ਕਿੱਧਰ ਨੂੰ, ਅਤੇ ਉੱਤੇ ਨੀਵੇਂ ਚੱਲਦੀ ਹੈ। ਬਹੁਤ ਸੋਹਣੀ ਰਾਈਡ ਆ ਇਹਦੇ ਉੱਤੇ, ਇਹਦੇ ਵਿੱਚ ਹੀ ਹੈ ਇਹ ਮਿਊਜ਼ੀਅਮ ਦੇ ਵਿੱਚ। ਆਸੇ ਪਾਸੇ ਇਹ ਓਲਡ ਜਿਹੜਾ ਜਾਣੀ ਕਿ ਪੁਰਾਣਾ ਲੰਡਨ ਆ ਉਹ ਦਿਖਾਇਆ ਹੋਇਆ ਵੀ ਕਿਸ ਤਰ੍ਹਾਂ ਇਹ ਡਿਵੈਲਪ ਹੋਇਆ ਸੀਗਾ। ਅਤੇ ਆਹ ਦੇਖੋ ਇੱਥੇ, ਆਹ ਦੇਖ ਜਿਹੜੇ ਸਟੈਚੂ ਬਣੇ ਹੋਏ ਨੇ ਉਹ ਹਿਲਦੇ ਵੀ ਨੇ, ਆਹ ਦੇ ਜੇ ਤੁਸੀਂ ਧਿਆਨ ਨਾਲ ਦੇਖੋਗੇ ਹਿਲਦੇ ਦਿਖਾਉਂਦੇ ਆ, ਆ ਘੋੜੇ 'ਤੇ ਬੈਠਾ। ਅਤੇ ਇਸ ਤਰ੍ਹਾਂ ਬਹੁਤ ਖੂਬਸੂਰਤ ਪਿਆਰਾ, ਜਿਵੇਂ ਆਹ ਦੇਖਿਆ ਕੋਈ ਲੇਖਕ ਲਿਖ ਰਿਹਾ, ਆਪ ਕੋਈ ਬੈਠਾ ਕੋਈ ਚਿੱਠੀ ਲਿਖਿਆਉਂਦਾ ਹੋਣਾ ਜਾਂ, ਅਤੇ ਇਸ ਤਰ੍ਹਾਂ ਦਾ ਇੱਥੇ ਦਿਖਾਇਆ ਹੋਇਆ। ਆਹ ਦੇਖੋ ਇੱਧਰਲੀ ਸਾਈਡ ਪੂਰਾ ਇਹ ਜਿਵੇਂ ਬਹੁਤ ਸੋਹਣਾ, ਇਹਦੇ 'ਤੇ ਬੈਠ ਕੇ ਦੇਖਣ ਯੋਗ ਆ, ਜਿਵੇਂ ਹੋਊ ਇਹ ਘੱਟੋ ਘੱਟ 5-6 ਮਿੰਟਾਂ ਦੀ ਰਾਈਡ ਆ ਇਹ। ਆਹ ਦੇ ਆਹ ਡਰਾਉਂਦਾ ਓਏ, ਅਤੇ ਇੱਧਰ ਆ ਇੱਧਰ ਵੀ ਦੇਖੋ, ਆਹ ਦੇ ਇਹ ਜਿਹੜੀ ਇਹਦੇ 'ਤੇ ਟ੍ਰੇਨ ਦੇ ਉੱਤੇ ਰਾਈਡ ਆ ਇਹ 5-6 ਮਿੰਟਾਂ ਦੀ ਆ। ਅਤੇ ਆਹ ਦੇ ਆ ਜਿਵੇਂ ਤੁਸੀਂ ਸਾਹਮਣੇ ਜਿਹੜੀਆਂ ਹੈਗੀਆਂ ਨੇ, ਆਹ ਦੇ ਉਹਦੀਆਂ ਸੀਟਾਂ ਟ੍ਰੇਨ ਦੀਆਂ, ਉਹ ਤੁਸੀਂ ਦੇਖ ਸਕਦੇ ਹੋ ਵੀ ਕਿਵੇਂ ਘੁੰਮਦੀਆਂ ਨੇ, ਆਪਣੇ ਆਪ ਹੀ ਘੁਮਾ ਦਿੰਦੀ ਹੈ ਜਿੱਧਰ ਦੇਖਣ ਯੋਗ ਹੁੰਦੀ ਆ ਸੀਟ, ਅਤੇ ਇੰਨੀ ਵਧੀਆ ਬਣਾਈ ਹੋਈ ਆ ਇਹ। ਆਹ ਦੇ ਆਹ ਆਪਣੇ ਆਪ ਹਿੱਲ ਰਿਹਾ ਇਹ, ਆਹ ਦੇ ਇਹ ਕੌਣ ਬੈਠਾ ਕਿਸ਼ਤੀ 'ਤੇ ਬੈਠਾ ਹੈ ਕੋਈ, ਅਤੇ ਆਹ ਦੇ ਹੁਣ ਆਪਣੇ ਆਪ ਹੀ ਇਹਨੇ ਘੁੰਮ ਜਾਣਾ ਇਹ ਇੱਧਰ ਨੂੰ, ਆਹ ਦੇ ਉਹ ਵੀ ਜਿਵੇਂ ਘੁੰਮੀ ਆ ਉਹਦੇ ਆਪਣੇ ਸਾਹਮਣੇ ਵਾਲੀ, ਆਹ ਦੇ ਉੱਧਰ ਨੂੰ ਜਿੱਥੇ ਉਹ ਸਿਮਰਤ ਬੈਠੀ ਆ, ਇਸ ਤਰ੍ਹਾਂ ਘੁੰਮ ਜਾਂਦੀ ਹੈ ਇਹ ਦਿਖਾਉਣ ਵਾਸਤੇ ਆ। ਸਾਰਾ ਕੁਝ ਦਿਖਾਉਂਦੇ ਆ ਇਹ, ਪੂਰਾ ਫੁੱਲ ਇੰਜੋਏਮੈਂਟ ਆ, ਵਧੀਆ ਮਾਹੌਲ ਆ। ਅਤੇ ਆਹ ਦੇਖੋ ਆਹ ਥੱਲੇ ਹੁਣ ਥੱਲੇ ਨੂੰ ਜਾਂਦੀ ਆ ਹੁਣ ਇਹ ਇਸ ਟਾਈਮ ਢਾਲ ਆ ਜਾਣੀ, ਅਤੇ ਜੇ ਵੀਡੀਓ 'ਚ ਪਤਾ ਲੱਗਦਾ ਹੋਵੇ ਤਾਂ ਇਸ ਤਰ੍ਹਾਂ ਬਹੁਤ ਸੋਹਣਾ ਗਾ। ਇੱਧਰ ਦੇਖੋ ਆਹ ਤਰਖਾਣ ਲੱਗਿਆ ਹੋਇਆ, ਅਤੇ ਆਹ ਕੋਈ ਗਾਉਣ ਵਾਲਾ ਮਿਊਜ਼ੀਸ਼ੀਅਨ ਉਹ ਲੱਗਦਾ ਮੈਨੂੰ, ਅਤੇ ਬਾਕੀ ਕਿਤੇ ਹਨੇਰਾ ਕਿਤੇ ਚਾਨਣ, ਉਵੇਂ ਉਹਨਾਂ ਨੇ ਆਪਦੇ ਆਪਦੇ। ਆਹ ਦੇਖੋ ਆ ਜਾਂਦੀ ਆ ਟ੍ਰੇਨ, ਸਾਰਾ ਇਹ ਬਣਾਇਆ ਹੋਇਆ ਵਾਤਾਵਰਨ ਉਵੇਂ। ਆਹ ਦੇ ਇਹ ਕਾਫੀ ਵੱਡਾ ਬੋਤੀ ਆ, ਇਹਦੇ ਕੋਲ ਆ ਖੜ੍ਹੇ ਨੇ ਹੋਰ, ਬਾਕੀ ਤੁਸੀਂ ਵੀਡੀਓ ਦੇ ਵਿੱਚ ਆਪਣੇ ਆਪ ਦੇਖ ਸਕਦੇ ਹੋ, ਜੱਜਮੈਂਟ ਲਾ ਸਕਦੇ ਹੋ, ਪਰ ਹੈ ਪੂਰਾ ਘੈਂਟ ਆ, ਪੂਰਾ ਵਧੀਆ ਸੋਹਣਾ ਦੇਖਣ ਯੋਗ। ਅਤੇ ਇਹ ਟ੍ਰੇਨ ਆ ਵੀ ਬਹੁਤ ਇੰਜੋਏ ਆ ਇਹਦੇ 'ਚ, ਜਿਹੜੀ ਇਹਦੇ ਵਿੱਚ ਹੀ ਇਹ ਮਿਊਜ਼ੀਅਮ ਦੇ। ਅਤੇ ਆਹ ਚੱਕਰ ਜਿਹਾ ਇਹ ਪੁਰਾਣਾ ਆ ਦਿਖਾਇਆ ਹੋਇਆ ਇੰਜਨ ਜਾਂ ਕਿਵੇਂ ਕੰਮ ਹੁੰਦਾ ਸੀ ਅੱਗੇ, ਉਹ ਦਿਖਾਇਆ ਹੋਇਆ। ਮਹਾਰਾਣੀ ਖੜ੍ਹੀ ਆ ਇਹਨਾਂ ਦੀ ਪੁਰਾਣੀ ਹੈ ਜਿਹੜੀ ਕਾਫੀ ਟਾਈਮ ਪਹਿਲਾਂ ਦੀ। ਅਤੇ ਇੱਧਰ ਦਿਖਾਇਆ ਹੋਇਆ ਇਸ ਤਰ੍ਹਾਂ ਸਾਰਾ, ਜਾਣੀ ਇਹਨਾਂ ਨੇ ਆਪਦਾ ਉਹ ਜੋ ਵੀ ਹੈਗਾ ਸੱਭਿਆਚਾਰ ਕਹਿ ਲਓ, ਚਾਹੇ ਰਾਜੇ ਰਾਣੀਆਂ ਉਹਦੇ ਸਾਰੇ ਦਿਖਾਏ ਹੋਏ ਨੇ, ਕਲਚਰ ਦਿਖਾਇਆ ਹੋਇਆ ਪੁਰਾਣਾ ਓਲਡ ਲੰਡਨ ਕਿਸ ਤਰ੍ਹਾਂ, ਵਿੱਚ ਕਿਤੇ ਵੀਡੀਓ ਬਣਾਈਆਂ ਨੇ, ਕਿਤੇ ਸਟੈਚੂ ਬਣਾਏ ਨੇ, ਅਤੇ ਸਾਰਾ ਕੁਝ ਇਸ ਟ੍ਰੇਨ ਰਾਹੀਂ ਇਹ ਦਿਖਾ ਦਿੰਦੇ ਨੇ ਇੱਕ ਵਾਰੀ। ਅਤੇ ਬਹੁਤ ਸੋਹਣੀ ਰਾਈਡ ਆ ਇਹ, ਆਪਾਂ ਵਾਰੀ ਵਾਰੀ ਤਾਂ ਕਹਿ ਰਹੇ ਹਾਂ ਕਿਉਂਕਿ ਹੈਗੀ ਹੋਈ ਆ ਤਾਂ ਕਰਕੇ ਹੀ ਕਹਿੰਦੇ ਹਾਂ, ਅਤੇ ਨਾਲ ਨਾਲ ਇਹ ਸਟੈਚੂ ਬਣੇ ਹੋਏ ਨੇ। ਅਤੇ ਆਹ ਹੁਣ ਹੋਰ ਆ ਗਏ ਇੱਕ ਮਾਡਰਨ, ਅਤੇ ਅੱਜ ਦਾ ਟਾਈਮ ਆ ਗਿਆ। ਅਤੇ ਇੱਧਰਲੀ ਸਾਈਡ ਨੂੰ ਹੁਣ ਆਪਾਂ ਅੱਗੇ ਜਾਈ ਜਾਂਦੇ ਹਾਂ, ਅਤੇ ਇੱਧਰ ਟੀਵੀ ਵੀ ਲੱਗਿਆ ਹੋਇਆ, ਇੱਥੇ ਵੀ ਦਿਖਾਈ ਜਾਂਦੇ ਆ। ਅਤੇ ਇੱਥੇ ਪਹੁੰਚ ਗਏ ਹੁਣ ਆਪਾਂ, ਕਰਦੇ ਕਰਾਉਂਦੇ ਇਹਦੇ ਕੋਲ ਪਹੁੰਚ ਗਏ।
ਇੱਥੇ ਆਹ ਦੇਖੋ ਇਹ ਕੀ ਦਿਖਾਉਂਦਾ, ਆਹ ਦੇਖੋ ਇਹ ਹੱਥ ਨਾਲ ਕੀ ਘੁੰਮਾਈ ਜਾਂਦਾ ਇਹ ਕੋਈ ਕੰਮ ਕਰਨ ਲੱਗਿਆ ਹੋਇਆ। ਅੱਛਾ ਐਂ ਦਿਖਾਉਂਦਾ ਵੀ ਤੁਹਾਨੂੰ ਅਸੀਂ ਉੱਪਰ ਲੈ ਕੇ ਜਾਂਦੇ, ਅੱਛਾ ਇਹਨੂੰ ਘੁੰਮਾਉਂਦਾ ਇਹ। ਆਹ ਦੇ ਇੱਧਰ ਝੂਲੇ ਲੱਗੇ ਹੋਏ ਨੇ ਇਹ ਬੱਚਿਆਂ ਲਈ, ਇਹ ਸਿਰਫ ਇੱਕ ਬਣਾਏ ਹੋਏ ਨੇ, ਸੱਚੀ ਮਿੱਚੀ ਨਹੀਂ ਹੈਗੇ ਇਹ, ਇਹ ਸਿਰਫ ਇੱਕ ਦਿਖਾਉਣ ਵਾਸਤੇ ਬਣਾਇਆ ਹੋਇਆ, ਯਾਨੀ ਸਟੈਚੂ ਦੀ ਤਰ੍ਹਾਂ ਬਣਾਏ ਹੋਏ ਨੇ। ਆਹ ਟ੍ਰੇਨ, ਉੱਧਰ ਤੁਸੀਂ ਸਾਹਮਣੇ ਟ੍ਰੇਨ ਵੀ ਦੇਖ ਸਕਦੇ ਹੋ ਜਿਹਦੇ 'ਚ ਆਪਾਂ ਬੈਠੇ ਹਾਂ। ਇਹ ਆਪਾਂ ਨੂੰ ਆ ਇਸ ਤਰ੍ਹਾਂ ਦਾ ਸਾਰਾ ਦ੍ਰਿਸ਼ ਦਿਖਾ ਰਹੇ ਨੇ ਇਹ। ਆਹ ਬਹੁਤ ਖੂਬਸੂਰਤ, ਸੋਹਣਾ, ਘੈਂਟ। ਅਤੇ ਇੱਥੋਂ ਆਪਾਂ ਅੱਗੇ ਚੱਲਦੇ ਹਾਂ, ਆਹ ਆ ਗਏ ਅਗਲਾ ਦ੍ਰਿਸ਼ ਆ ਗਿਆ ਇਹਦਾ। ਆ ਇਹਨਾਂ ਦੇ ਫੌਜੀ ਜੇ ਆ ਗਏ, ਉਹ ਜਿਹੜੇ ਖੜ੍ਹੇ ਹੁੰਦੇ ਨੇ ਸਿਪਾਹੀ ਜੇ। ਆਹ ਦੇਖੋ ਹੁਣ ਆਪਾਂ ਇੱਧਰ ਨੂੰ ਚੱਲ ਪਏ, ਇੱਧਰਲੀ ਸਾਈਡ ਨੂੰ ਟ੍ਰੇਨ ਜਾਈ ਜਾਂਦੀ ਆ ਆਪਣੇ ਆਪ, ਅਤੇ ਇਹ ਆਪਾਂ ਨੂੰ ਨਾਲ ਨਾਲ ਦਿਖਾਈ ਜਾਂਦੇ ਆ, ਅਤੇ ਨਾਲ ਨਾਲ ਇਹ ਕਮੈਂਟਰੀ ਵੀ ਕਰਦੇ। ਆਹ ਮੇਰੀ ਫੋਟੋ ਆ ਗਈ, ਆਹ ਇੱਥੇ ਫੋਟੋਆਂ ਵੀ ਆਈ ਜਾਂਦੀਆਂ ਨੇ, ਜਿਹੜਾ ਜਿਹੜਾ ਇੱਥੋਂ ਲੰਘਦਾ ਉਹਦੀਆਂ ਫੋਟੋਆਂ ਵੀ ਆਈ ਜਾਂਦੀਆਂ ਨਾਲ ਨਾਲ। ਅਤੇ ਇਹ ਮੁੱਕ ਗਈ, ਆਪਾਂ ਨਿਕਲੇ ਬਾਹਰ ਟ੍ਰੇਨ ਦੇ ਵਿੱਚੋਂ। ਜਦੋਂ ਬਾਹਰ ਆਉਂਦੇ ਹਾਂ ਤਾਂ ਇੱਥੇ ਆਹ ਬਣਿਆ ਹੋਇਆ ਬੁੱਤ ਜਿਹਾ ਇਹਨਾਂ ਦਾ, ਇੱਕ ਕਾਫੀ ਵੱਡਾ ਆ ਜਿਹੜਾ ਹਰੇ ਜਿਹੇ ਰੰਗ ਵਾਲਾ ਸਟੈਚੂ ਆ, ਇਹ ਬਹੁਤ ਵੱਡਾ। ਇੱਥੋਂ ਹੁਣ ਆਪਾਂ ਉੱਪਰ ਚੱਲਦੇ ਹਾਂ ਇਹਦੇ ਕੋਲ, ਇਹ ਪੌੜੀਆਂ ਉੱਪਰ ਚੜ੍ਹ ਗਏ ਆਪਾਂ, ਇੱਥੋਂ ਉੱਪਰ ਚੜ੍ਹ ਕੇ ਇੱਧਰ ਨੂੰ ਚੱਲਦੇ ਹਾਂ। ਹੁਣ ਇੱਥੇ ਉਹੀ ਜਿਹੜਾ ਬੁੱਤ ਜਿਹਾ ਸੀਗਾ, ਉਹ ਹਰਾ ਜਿਹਾ ਹਰੇ ਜਿਹੇ ਰੰਗ ਦਾ, ਉਹ ਇਹ ਕਾਰਟੂਨ ਵਾਲੇ ਬੁੱਤ ਨੇ ਹੁਣ ਇੱਥੇ ਸਾਰੇ ਮੈਨੂੰ ਲੱਗਦਾ। ਅਤੇ ਆਹ ਦੇਖੋ ਇੱਥੇ ਪਹੁੰਚ ਗਏ ਆਪਾਂ, ਐਨੇ ਹੱਥ ਕੀਤਾ ਹੋਇਆ ਇਹਦਾ, ਹੱਥ ਦੇ ਵਿੱਚ ਲੋਕ ਖੜ ਕੇ ਫੋਟੋਆਂ ਖਿਚਾਉਂਦੇ ਨੇ, ਐਂ ਲੱਗਦਾ ਵੀ ਜਿਵੇਂ ਉਹਨੇ ਫੜ ਲਿਆ ਹੁੰਦਾ। ਆਹ ਸਪਾਈਡਰਮੈਨ ਬਣਾਇਆ ਹੋਇਆ, ਆਹ ਦੇ ਇਸ ਤਰ੍ਹਾਂ ਇੱਥੇ ਕਹਿੰਦੇ ਫੋਟੋ ਖਿਚਾ ਸਕਦੇ ਹੋ, ਸਪਾਈਡਰਮੈਨ ਬਣ ਸਕਦੇ ਹੋ ਕਹਿੰਦੇ ਇੱਥੇ ਆ ਕੇ ਤੁਸੀਂ। ਸਿਮਰਤ ਫੋਟੋਆਂ ਖਿਚਾਉਣ ਲੱਗੀ ਹੈ। ਅਤੇ ਇੱਧਰਲੀ ਸਾਈਡ ਦੇ ਉੱਤੇ ਆ ਹੋਰ ਸਟੈਚੂ ਬਣੇ ਹੋਏ ਨੇ ਇਹਨਾਂ ਦੇ, ਇਹਨਾਂ ਕਾਰਟੂਨਾਂ ਦੇ ਪੂਰੇ ਘੈਂਟ ਸੋਹਣੇ ਬਣੇ ਹੋਏ ਨੇ, ਘਰ ਬਾਹਲੇ ਘੈਂਟ ਬਣਾਏ ਹੋਏ ਆ। ਅਤੇ ਉਹ ਜਿਹੜਾ ਗ੍ਰੀਨ ਜਿਹਾ ਉਹ ਸੀਗਾ ਵੱਡਾ ਸਾਰਾ ਸਟੈਚੂ, ਉਹਦੇ ਕੋਲ ਭੀੜ ਲੱਗ ਗਈ ਲੋਕਾਂ ਦੀ। ਅਤੇ ਆਹ ਦੇਖੋ ਹੋਰ ਇੱਧਰ ਫੋਟੋਆਂ ਆਈ ਜਾਂਦੀਆਂ ਨੇ ਆਪਣੀਆਂ, ਆਹ ਦੇਖੋ ਕਿਹੋ ਜਿਹੀ ਫੋਟੋ ਬਣ ਗਈ, ਆਪਾਂ ਖੜ੍ਹੇ ਹਾਂ ਮੂਹਰੇ ਉਹਦੇ, ਕਹੇ ਕਿਵੇਂ ਬਣ ਗਈ। ਆਹ ਦੇਖੋ ਇੱਥੇ ਇਹਨਾਂ ਨੇ ਸਾਰੇ ਇਹ ਕਾਰਟੂਨ ਹੀ ਬਣਾਏ ਹੋਏ ਨੇ, ਅੱਡ ਅੱਡ ਤਰ੍ਹਾਂ ਦੇ ਜਿਹੜੇ ਆਉਂਦੇ ਨੇ ਇਹਨਾਂ ਦੇ ਮਸ਼ਹੂਰ ਨੇ, ਉਹ ਸਾਰੇ ਕਾਰਟੂਨ ਇੱਥੇ ਹੀ ਬਣਾਏ ਹੋਏ ਨੇ। ਅਤੇ ਆਹ ਦੇਖੋ ਇਹ ਕਾਹ ਬਣਾਇਆ ਹੋਇਆ ਕੁਛ, ਆਹ ਕਿੰਨਾ ਘੈਂਟ ਬਣਾਇਆ ਹੋਇਆ ਹੈ, ਬੜਾ ਘੈਂਟ ਬਣਾਇਆ ਹੋਇਆ, ਸੋਹਣੇ ਬਣਾਏ ਹੋਏ ਆ ਸਾਰੇ ਸਟੈਚੂ ਜਿੰਨੇ, ਕੋਈ ਐਂ ਨਹੀਂ ਲੱਗਿਆ ਵੀ ਮਾੜਾ ਸਟੈਚੂ ਆ, ਸਾਰੇ ਸੋਹਣੇ ਸੋਹਣੇ ਬਣਾਏ ਹੋਏ ਆ। ਅਤੇ ਆਹ ਉਹਦੇ ਉੱਤੇ ਪਤਾ ਨਹੀਂ ਕੌਣ ਬੈਠਾ, ਉਹ ਕਿਹੋ ਜਿਹਾ ਇਹ, ਅਤੇ ਬਸ ਐਂ ਇਸ ਤਰ੍ਹਾਂ ਦਾ ਇਹ ਨਾਲ ਲਾ, ਚਾਹੇ ਟੱਚ ਕਰਦਾ ਕੋਈ ਚੱਕਰ ਨਹੀਂ, ਕੋਈ ਫਰਕ ਨਹੀਂ ਪੈਂਦਾ ਉਹਨਾਂ ਨੂੰ। ਅਤੇ ਆਪਾਂ ਹੁਣ ਆਹ ਉੱਪਰ ਪੌੜੀਆਂ ਚੜ੍ਹਦੇ ਹਾਂ ਅਤੇ ਦੇਖਦੇ ਹਾਂ ਅੱਗੇ ਕਿੱਧਰ ਲੈ ਕੇ ਜਾਂਦੇ ਆਪਾਂ ਨੂੰ। ਅਤੇ ਇੱਧਰਲੀ ਸਾਈਡ ਦੇ ਉੱਤੋਂ ਦੀ ਆਪਾਂ ਹੁਣ ਦੇਖਦੇ ਹਾਂ, ਇੱਥੋਂ ਪਤਾ ਕਰਦੇ ਹਾਂ ਵੀ ਕੀ ਇੱਧਰ ਕਾਫੀ ਲਾਈਨ ਆਪਾਂ ਲੱਗੀ ਹੋਈ ਆ, ਦੇਖੋ ਇੱਥੇ ਕਾਫੀ ਲਾਈਨ ਲੱਗੀ ਹੋਈ ਆ, ਅਤੇ ਕੀ ਕਰਦੇ ਇੱਥੇ ਇਹਦੇ ਬਾਰੇ ਹਜੇ ਆਪਾਂ ਨੂੰ ਪਤਾ ਨਹੀਂ ਹੈਗਾ, ਅਤੇ ਪੁੱਛਦੇ ਇਹਨਾਂ ਨੂੰ ਕੀ ਕਹਿੰਦੇ ਆ ਇਹ। ਅਤੇ ਨਾਲ ਇੱਥੇ ਦੁਕਾਨ ਜੀ ਵੀ ਬਣੀ ਹੋਈ ਇਹਨਾਂ ਦੀ, ਆ ਦੇ ਸ਼ੌਪ, ਅਤੇ ਆਹ ਸਟੈਚੂ ਬਣੇ ਹੋਏ ਨੇ ਉਵੇਂ ਸਾਰੇ। ਅੱਛਾ ਆਹ ਮੂਵੀ ਦਿਖਾਉਣ ਲੱਗ ਗਏ ਵੀ, ਬਹੁਤ ਘੈਂਟ ਮੂਵੀ ਆ ਇਹ ਸੱਚੀ ਮਿੱਚੀ ਲੱਗਦਾ ਜਿਵੇਂ 3D ਮੂਵੀ ਆ, ਅਤੇ ਹੁੱਜਾਂ ਐਂ ਮਾਰਦੇ ਨੇ ਨਾਲ ਨਾਲ ਜਿਵੇਂ ਸੱਚੀ ਆਪਣੇ ਆਪਣੇ ਨਾਲ ਹੀ ਹੋਇਆ, ਮਗਰੋਂ ਚੇਅਰ 'ਤੇ ਜਿਹੇ ਬੈਠੇ ਹੋ ਉਹਦੇ 'ਤੇ ਮਾਰਦੇ ਆ ਮਗਰ ਦੀ ਆ ਕੇ। ਅਤੇ ਇਹਦੇ ਵਿੱਚ ਤਾਂ ਸ਼ਾਇਦ ਤੁਹਾਨੂੰ ਨਾ ਪੂਰਾ ਵਧੀਆ ਦੇਖੇ, ਪਰ ਵੈਸੇ ਬਹੁਤ ਘੈਂਟ But the attention to detail is uncanny, even if they did not use actual vibranium. I gotta say, I kind of prefer muted Iron Man over here. Oh, I'm so excited to see your new figure, Scott. Me too. I just wish some of the other Avengers were here. True. It is too bad Cap, Hulk, Thor, and Iron Man were all needed to deal with the Mole Man and his minions. Ah, you've made it. We're so happy you're here. If you'll please make your way through that door, the audience is waiting in the theater. After you. Guests of honor. This is it. Our big reveal. Huh? I don't know if big is the word I'd use for either of you. Worthy.
or your adoring fans in the theater will be the first to destroy. What are you doing here, Asgardian? Well, with my brother and the other so-called heroes preoccupied, this is the perfect time to start my earthly conquest and get rid of you. You should have brought some backup. What an interesting idea, Captain. Let us not give him any more ideas. I'm Magro Kiva. Game are there? Pitcher has jam are there. I will. I'll see who I can find. Did you guys lose my number? What? I seriously can't believe you went to Mad Tussauds without me. Well, this is over. Can one of you get a picture of me with me? Stop ogling yourself and hit something! What? Hi, Ali. Hey, buddy, say something for me. Don't mind if I do. What's that? Yeah, this kid. The Crystal of Cadavers? You are playing with powers you do not understand, Asgardian. That's cute, coming from a mortal. Let's see if you understand this. What did you do? That's not good. Let's go. Not exactly. Worth a shot. Permission to go back to fighting the other interdimensional monsters now? What? Permission granted. My brother will pay dearly for this. Another day, another Loki-led invasion. Stop that, you insignificant insect! You know, Loki, being small has its advantages. You never see us coming! No!
care, you pathetic. Let me guess. Hulk smash? ਜਿਹੜੀ ਉਹ ਆਪਾਂ ਵੀਡੀਓ ਦੇਖੀ ਆ ਹੁਣ ਮੂਵੀ, ਉਹ ਦੇਖਣ ਵਾਸਤੇ ਉਹ ਆਪਾਂ ਨੂੰ 3D ਐਨਕਾਂ ਦਿੰਦੇ ਨੇ ਅਤੇ ਉਹਨਾਂ ਨਾਲ ਇਹ ਦਿਖਦੀ ਆ ਅਤੇ ਸੋਹਣੀ ਦਿੰਦੀ ਆ। ਅਤੇ ਬਾਕੀ ਆ ਹੁਣ ਹੋਰ ਸਟੈਚੂ ਜਿਹੜੇ ਬਾਹਰ ਬਣੇ ਹੋਏ ਨੇ ਉਹ ਮੂਵੀ ਤੋਂ ਬਾਅਦ, ਉਹ ਇਸ ਤਰ੍ਹਾਂ ਹੀ ਨੇ ਜਿਵੇਂ ਤੁਹਾਨੂੰ ਦਿਖਾਈ ਜਾਂਦੇ ਆ, ਘੈਂਟ ਸੋਹਣੇ ਬਣੇ ਹੋਏ ਨੇ ਇਹ ਵੀ, ਆਹ ਦੇਖੋ। ਅਤੇ ਇਸ ਤਰ੍ਹਾਂ ਦੇ ਇਹ ਵੀ ਇਹਨਾਂ ਦੇ ਬਣਾਏ ਹੋਏ ਨੇ ਇੱਥੇ, ਅਤੇ ਸੋਹਣੇ ਸਟੈਚੂ ਬਣਾਏ ਹੋਏ ਨੇ। ਆਹ ਬਹੁਤ ਸੋਹਣਾ ਪਿੱਛੋਂ ਇਹਦਾ ਬੈਕਗਰਾਊਂਡ ਵੀ ਬਹੁਤ ਘੈਂਟ ਬਣਾਈ ਹੋਈ ਆ। ਇਹ ਵੀ ਇਹਨਾਂ ਦੀਆਂ ਮੂਵੀਆਂ ਦੇ ਕਰੈਕਟਰ ਨੇ ਸਾਰੇ, ਜਿਹੜੇ ਇਹ ਕਾਰਟੂਨ ਜਿਹੇ ਨੇ। ਆਹ ਦੇਖੋ ਬਹੁਤ ਸੋਹਣੀ, ਹੱਥ 'ਚ ਟਿਊਬ ਜੀ ਫੜੀ ਹੋਈ ਆ ਜਿਹੜੀ, ਅਤੇ ਲਾਈਟ ਜਾਗਦੀ ਹੈ ਜਿਹਦੇ 'ਚ ਆਉਂਦੀ, ਉਸ ਤਰ੍ਹਾਂ ਦਿਖਾਈ ਦਿੰਦੀ ਹੈ। ਅਤੇ ਆਹ ਹੋਰ ਗਾਹਾਂ ਦੀ ਗਾਹਾਂ ਇਹਨਾਂ ਨੇ, ਹੋਰ ਬਾਕੀ ਜਿਹੜੇ ਸਟੈਚੂ ਬਣੇ ਹੋਏ ਨੇ ਉਹ ਵੀ ਇਸ ਤਰ੍ਹਾਂ ਨੇ, ਜਿਹੜੇ ਆਪਾਂ ਹੁਣ ਇੱਥੋਂ ਦੀ ਚੱਲਾਂ ਗਿਆ ਜਿਹੜਾ ਰਾਜਾ ਬਣਾਇਆ ਹੋਇਆ, ਅਤੇ ਇੱਧਰ ਬਣੇ ਹੋਏ ਨੇ ਇਹ। ਆਹ ਦੇ ਕਾਫੀ ਤਰ੍ਹਾਂ ਦੇ ਨੇ। ਆਹ ਦੇਖੋ ਬੈਠਾ ਉਹ ਵੱਡੇ ਵੱਡੇ ਕੰਨਾਂ ਜਿਹਾ ਵਾਲਾ ਬਾਂਦਰ ਜਿਹਾ, ਆਹ ਇਹ ਪਤਾ ਨਹੀਂ ਕੀ ਬਣਾਇਆ ਹੋਇਆ ਇਹਨਾਂ ਨੇ, ਕਿੱਡੇ ਕਿੱਡੇ ਕੰਨ ਨੇ ਇਹਦੇ। ਅਤੇ ਬਾਕੀ ਹੋਰ ਆਹ ਇੱਧਰਲੀ ਸਾਈਡ ਦੇ ਉੱਤੇ ਆਹ ਬਣਿਆ ਹੋਇਆ ਇੱਕ, ਜਿਵੇਂ ਬਾਹਰਲੇ ਦੇਸ਼ ਆਹ ਬਾਹਰਲੇ ਕਿਸੇ ਉਹਦਾ ਬਣਾਇਆ ਹੋਇਆ ਬੰਦਾ ਜਾਂ ਬ੍ਰਹਿਮੰਡ ਦਾ, ਅਤੇ ਫੋਟੋ ਇੱਥੇ ਬਹੁਤ ਸੋਹਣੀ ਆਉਂਦੀ ਆ ਇਹਦੇ ਕੋਲ, ਅਤੇ ਸਾਰੀ ਖਿਚਿਆ ਕੇ ਜਾਂਦੇ ਆ। ਅਤੇ ਇੱਧਰ ਆਹ ਬਣਿਆ ਹੋਇਆ ਇੱਕ, ਇਹ ਪਤਾ ਨਹੀਂ ਕੀ ਆ ਹੁਣ, ਇਹ ਵੀ ਇਹਨਾਂ ਦੇ ਇਹ ਕਾਰਟੂਨ ਹੀ ਨੇ। ਆਹ ਦੇ ਕਿੰਨਾ ਘੈਂਟ ਆ, ਬਾਹਲੇ ਸੋਹਣੇ ਬਣੇ ਹੋਏ ਆ, ਬਾਹਲੇ ਘੈਂਟ ਬਣਾਏ ਹੋਏ ਆ। ਆਹ ਦੇਖੋ, ਅਤੇ ਇੱਧਰ ਬਾਕੀ ਆਹ ਦੇਖੋ ਹੋਰ ਕਿੰਨੇ ਕਾਫੀ ਕੁਛ ਬਣਿਆ ਹੋਇਆ ਇੱਥੇ। ਬਾਕੀ ਹੁਣ ਇਹਦਾ ਆਪਾਂ ਇਹਨੂੰ ਦੇਖ ਲਿਆ ਲਗਭਗ ਸਾਰਿਆਂ ਨੂੰ, ਐਂਡ ਤਾਈਂ ਪਹੁੰਚ ਗਏ, ਆਖਰੀ ਪੜਾਅ ਤੀ ਆ ਇੱਥੇ। ਹੁਣ ਜਿਹੜੇ ਥੋੜ੍ਹੇ ਬਹੁਤੇ ਹੋਰ ਨੇ ਬੁੱਤ ਜੇ ਆਪਾਂ ਉਹ ਵੀ ਦੇਖ ਲਈਏ ਜਿਹੜੇ ਇੱਥੇ ਬਣੇ ਹੋਏ ਨੇ। ਆਹ ਦੇਖੋ ਇਹ ਬਾਹਲੇ ਘੈਂਟ ਬਣਾਏ ਹੋਏ ਆ, ਜਮੀ ਐਂ ਲੱਗਦਾ ਜਿਵੇਂ ਸੱਚੀ ਮਿੱਚੀ ਦੇ ਹੁੰਦੇ, ਬਾਹਲੇ ਸੋਹਣੇ ਬਣਾਏ ਹੋਏ। ਆਹ ਦੇਖੋ ਪੂਰਾ ਵਾਤਾਵਰਨ ਉਵੇਂ ਸਿਰਜਿਆ ਪਿਆ ਆਸੇ ਪਾਸੇ, ਅਤੇ ਆਹ ਦੇ ਆਹ ਕੁੜੀ ਦੀ ਜਿਹੜੀ ਪਿਕਚਰ ਬਣਾਈ ਹੋਈ ਆ, ਆਹ ਸਟੈਚੂ ਬਣਾਇਆ ਹੋਇਆ ਜਮੀ ਸੱਚੀ ਮਿੱਚੀ ਦਾ ਬਣਾਇਆ ਪਿਆ ਜਿਹੜੀ ਆਹ ਖੜੀ ਆ ਉਹ। ਅਤੇ ਆਪਾਂ ਹੁਣ ਉੱਧਰ ਨੂੰ ਚੱਲਦੇ ਹਾਂ ਬਾਹਰ ਨੂੰ ਬਸ। ਅਤੇ ਆਹ ਦੇਖੋ ਇਹ ਬਾਹਲਾ ਘੈਂਟ ਬਣਾਏ ਹੋਏ ਆ, ਸੋਹਣੇ ਨੇ। ਅਤੇ ਬਾਕੀ ਜਿਹੜੇ ਪੰਜਾਬ ਵਾਲੇ ਨੇ ਉਹ ਤਾਂ ਦੇਖੇ ਨਹੀਂ ਹੈਗੇ, ਪੰਜਾਬ ਦਾ ਤਾਂ ਕੋਈ ਹੈ ਨਹੀਂ, ਇੱਕ ਵੀ ਹੈ ਨਹੀਂ ਹੈਗਾ। ਇਹਨਾਂ ਨੂੰ ਪੁੱਛਿਆ ਸੀਗਾ, ਉਹ ਕਹਿੰਦੇ ਇੱਥੋਂ ਉਹ ਦੂਸਰੀ ਲੋਕੇਸ਼ਨ 'ਤੇ ਮੂਵ ਕਰਤੇ। ਅਤੇ ਆਹ ਜਦੋਂ ਆਪਾਂ ਵਾਪਸ ਆ ਜਾਂਦੇ ਹਾਂ ਉੱਥੇ, ਤਾਂ ਐਂਡ ਦੇ ਉੱਤੇ ਇਹਨਾਂ ਦੀ ਇਹ ਇੱਕ ਸ਼ੌਪ ਬਣੀ ਹੋਈ ਆ, ਤਾਂ ਕਿ ਤੁਸੀਂ ਕੁਛ ਇੱਥੋਂ ਬਾਏ ਕਰ ਸਕੋ, ਉਹਦੇ ਲਈ ਇਹ। ਅਤੇ ਜੇ ਕਿਸੇ ਨੇ ਕੋਈ ਚੀਜ਼ ਲੈਣੀ ਆ ਤਾਂ ਇੱਥੋਂ ਲੈ ਲਓ, ਪਰ ਇਹਨਾਂ ਦੀ ਪ੍ਰਾਈਸ ਬਹੁਤ ਜ਼ਿਆਦਾ ਆ, ਬਹੁਤ ਕਾਫੀ ਜ਼ਿਆਦਾ ਆ, ਬਹੁਤ ਹੀ ਕਾਫੀ ਜ਼ਿਆਦਾ ਅੱਪ ਰੱਖੀ ਹੋਈ ਆ। ਅਤੇ ਨਿੱਕੇ ਨਿੱਕੇ ਗਿਫਟ ਬਾਕੀ ਸਾਰੀਆਂ ਇਹ ਜ਼ਿਆਦਾਤਰ ਇਹ ਮਿਊਜ਼ੀਅਮ ਦੇ ਨਾਲ ਹੀ ਸੰਬੰਧਿਤ ਨੇ, ਅਤੇ ਇੱਥੇ ਪਏ ਨੇ ਇਹ ਸ਼ੌਪ ਦੇ ਉੱਤੇ। ਅਤੇ ਤੁਸੀਂ ਜੇ ਚਾਹੋ ਤਾਂ ਇੱਥੋਂ ਕੁਛ ਲੈ ਸਕਦੇ ਹੋ। ਆਹ ਤਾਂ ਹੈਗੀ ਦੁਕਾਨ, ਜਿਹੜੇ ਇੰਡੀਆ ਵਾਲੇ ਸੀਗੇ ਬੁੱਤ ਉਹ ਦੋ ਹੀ ਰਹਿ ਗਏ ਇੱਥੇ।
ਤਾਰਕ ਖਾਨ ਅਤੇ ਉਹਦੇ ਵਾਲਾ ਕੀ ਆ ਕੁੜੀ ਜੀ ਕਟਰੀਨਾ ਦੂਜੇ ਉਹ ਕਹਿੰਦੇ ਹੋਰ ਕਿਤੇ ਮੂਵ ਕਰਤੇ ਇਹਨਾਂ ਨੇ ਹੋਰ ਕਿਤੇ ਮੂਵ ਕਰਤੇ ਹੋਟਲ ਆਪਣਾ ਲੰਡਨ ਦਾ ਅਤੇ ਆਹ ਬੈੱਡ ਨੇ ਅਤੇ ਬਾਕੀ ਸਾਰਾ ਸਾਜ਼ ਸਮਾਨ ਇੱਥੇ ਸਾਰਾ ਪਿਆ ਟੇਬਲ ਟੂਬਲ ਏ ਟੂ ਜੈੱਡ ਸਾਰਾ ਕੁਛ ਟੀ ਵੀ ਸੀਨਰੀਆਂ ਆ ਪ੍ਰੈਸ ਵੀ ਪਈ ਆ ਨਾ ਅਤੇ ਹੈਂਗਰ ਪਏ ਨੇ ਇਹ ਕੀ ਆ ਲੋਕਰ ਵੀ ਪਿਆ ਬੜੇ ਆ ਲੋਕਰ ਵੀ ਦਿੱਤਾ ਹੋਇਆ ਇਹ ਪਹਿਲੀ ਵਾਰੀ ਦੇਖਿਆ ਲੋਕਰ ਦਾ ਪਾਸਵਰਡ ਕੀ ਕੌਫੀ ਕੂਫੀ ਪਈ ਜਾਣਾ ਕੌਫੀ ਵੀ ਉਹ ਕਹਿੰਦੇ ਉੱਥੇ ਬਣਾਓ ਉੱਥੇ ਜਿੰਨਾ ਮਰਜ਼ੀ ਇੱਧਰ ਬਾਥਰੂਮ ਆ ਇੱਥੇ ਅਤੇ ਆਹ ਤਾਂ ਬਾਥਰੂਮ ਵਧੀਆ ਗਾ ਬਸ ਸੋਹਣਾ ਗਾ ਘੈਂਟ ਆ ਆਹ ਪਈਆਂ ਨੇ ਸੋਫ ਵਗੈਰਾ ਪਿਆ ਨਾ ਟਾਵਲ ਟਾਵਲ ਘੱਟ ਨੇ ਕਿ ਉਹਨਾਂ ਨੂੰ ਚਲ ਕੋਈ ਨਹੀਂ ਹੈਗਾ ਰੂਮ ਆਪਣੇ ਪਹਿਲੇ ਤਿੰਨ ਦਿਨਾਂ ਲਈ ਅੱਜ ਤਰੀਕ ਕਿੰਨੀ ਜੀ 27 28 29 30 ਨੂੰ ਆਪਾਂ ਚੈੱਕ ਆਊਟ ਕਰਨਾ ਤਿੰਨ ਦਿਨ ਰੂਮ ਅਤੇ ਕੱਲ੍ਹ ਨੂੰ ਜਾਵਾਂਗੇ ਆਪਾਂ ਸੈਂਟਰਲ ਲੰਡਨ ਅਤੇ ਬਣਾਉਣੇ ਉਹਦਾ ਪ੍ਰੋਗਰਾਮ ਚਲੋ ਜੀ ਓਕੇ ਐਂਡ ਦੇ ਉੱਤੇ ਆਪਾਂ ਜਿਹੜੀਆਂ ਫੋਟੋਆਂ ਉੱਥੇ ਕੀਤੀਆਂ ਸੀਗੀਆਂ ਉਹ ਸਾਰੀਆਂ ਆਪਾਂ ਬੈਕ ਸਾਈਡ 'ਤੇ ਅਤੇ ਵੀਡੀਓ 'ਤੇ ਲਾ ਇਸ ਤਰ੍ਹਾਂ ਲਾਤੀਆਂ ਅਤੇ ਜੇ ਕਿਸੇ ਨੇ ਦੇਖਣੀਆਂ ਹੋਈਆਂ ਤਾਂ ਤੁਸੀਂ ਇੱਥੇ ਆ ਕੇ ਦੇਖ ਸਕਦੇ ਹੋ ਅਤੇ ਇਹ ਸਾਰੀਆਂ ਜਿਹੜੀਆਂ ਆਪਣੀਆਂ ਉਹ ਮਿਊਜ਼ੀਅਮ ਦੀਆਂ ਪਿਕਚਰਾਂ ਨੇ ਅਤੇ ਆਹ ਜਿਵੇਂ ਬਾਹਰੋਂ ਉਹਦਾ ਜਿਹੜੀਆਂ ਫੋਟੋਆਂ ਕੀਤੀਆਂ ਨੇ ਉਹ ਨੇ ਅਤੇ ਜਾਂ ਕੁਛ ਹੋਰ ਲਾਵਾਂਗੇ ਉਹ ਵੀ ਤੁਸੀਂ ਦੇਖਦੇ ਰਹੋ ਇੱਥੇ ਉਹ ਵੀ ਨਾਲ ਹੀ ਆਪਾਂ ਇਹਨਾਂ ਦੇ ਐਡ ਆਨ ਕਰ ਦਾਂਗੇ।